ਚਲੋ ਇਹਦੇ ਨਾਲ ਨਾਲ ਮਿੰਟੂ ਜੀ ਇੱਕ ਜ਼ਰਾ ਬੁਝਾਰਤ ਹੋਰ ਆ, ਉਹ ਵੀ ਜ਼ਰਾ ਖੋਲਿਓ ਜੀ। ਨਾਗਪੁਰ ਦੀ ਕੀ ਬਾਤ ਚੱਲ ਰਹੀ ਹੈ ਮਿੰਟੂ ਜੀ? ਰਾਤ ਵਾਲੀ ਬਾਤ, ਇੱਕ ਵੀਰ ਦਾ ਕਮੈਂਟ ਵੀ ਆਇਆ ਸੀ ਉੱਪਰੋਂ, ਕਹਿੰਦੇ ਕਿ ਮੋਦੀ ਸਾਹਿਬ ਵੀ ਉੱਥੇ ਗਏ ਸੀਗੇ, ਲਾਗੇ ਗਟਕਲੀ ਸਾਹਿਬ ਦੀ ਰਹੇ ਸੀ, ਕਹਿੰਦੇ ਉੱਥੇ ਨਹੀਂ ਗਏ ਜੀ, ਕਹਿੰਦੇ ਕਿ ਬਾਈ ਇਹ ਰਹੇ ਨੇ ਰਾਜ ਭਵਨ ਦੇ ਵਿੱਚ। ਰਾਜ ਭਵਨ ਤੋਂ ਗਟਕਰੀ ਦਾ ਘਰ ਜੇ ਤੁਸੀਂ ਦੇਖੋਗੇ ਤਾਂ ਪੂਰਾ 7 ਕਿਲੋਮੀਟਰ ਹੈ, 7 ਕਿਲੋਮੀਟਰ ਤੋਂ ਥੋੜ੍ਹਾ ਜਿਹਾ ਵੱਧ ਹੋ ਸਕਦਾ ਹੈ ਜੀ, 7 ਕੁ ਕਿਲੋਮੀਟਰ ਹੈ ਜੀ। ਤਾਂ ਗੱਲ ਇਹ ਆ ਕਿ ਲਾਗੇ, ਜਿਵੇਂ ਕਮੈਂਟ ਦੇ ਵਿੱਚ ਕਿਹਾ ਕਿ ਇੰਨਾ ਵੀ ਲਾਗੇ ਨਹੀਂ ਕਿ ਕੰਧ ਟੱਪ ਕੇ ਉੱਧਰ ਚਲੇ ਜਾਂਦੇ ਕਿ ਗਟਕਰੀ ਸਾਹਿਬ ਖੋਲਿਓ ਮਾੜਾ ਜਿਹਾ ਦਰਵਾਜ਼ਾ ਘਰ ਦਾ ਅਤੇ ਮੈਂ ਆ ਗਿਆ, ਐਸਾ ਨਹੀਂ ਆ। ਪਰ ਦਿਲਚਸਪ ਗੱਲ ਇਹ ਆ ਕਿ ਗਟਕਰੀ ਸਾਹਿਬ ਨਹੀਂ ਮਿਲਦੇ ਜੀ, ਅਤੇ ਉਸ ਤੋਂ ਵੀ ਦਿਲਚਸਪ ਗੱਲ ਇਹੋ ਆ ਕਿ ਜਦੋਂ ਪਿਛਲੇ ਦਿਨ ਯੋਗੀ ਸਾਹਿਬ ਗਏ ਸਨ ਜੀ, ਤਾਂ ਯੋਗੀ ਸਾਹਿਬ ਦੇ ਜਾਣ 'ਤੇ ਉਹਨਾਂ ਨੇ ਰੈੱਡ ਕਾਰਪੇਟ ਵਿਛਾ ਦਿੱਤਾ। ਉਹ ਕਿਤੇ ਉਹ ਤੁਸੀਂ ਦੇਖੀ ਹੋਣੀ ਆ ਵੀਡੀਓ ਜਿਹਦੇ 'ਚ ਉਹ ਖਲੋਤੇ ਆ ਉਹਨਾਂ ਦੀ ਘਰ ਦੀ ਉਹ ਲੋਬੀ 'ਚ। ਫਿਰ ਇਸ ਤੋਂ ਇਲਾਵਾ ਪਾਠ ਪੂਜਾ ਵੀ ਚੱਲ ਰਿਹਾ, ਖਾਣ ਪਾਣ ਚੱਲ ਰਿਹਾ, ਯਾਨੀ ਪੂਰੀ ਜਿੱਦਾਂ ਆਪਾਂ ਕਹਿੰਦੇ ਹਾਂ ਨਾ ਆਓ ਭਗਤ ਕੀਤੀ ਆ ਯਾਰ, ਕਿਸੇ ਬੰਦੇ ਨੇ ਐਂ ਵਾਟੀ ਕੱਢ ਦਿੱਤੇ ਆ ਜੀ। ਅਤੇ ਮੋਦੀ ਸਾਹਿਬ ਉੱਥੇ ਪਹੁੰਚਣ, ਅਤੇ ਉਹ ਵੀ ਉਸ ਵੇਲੇ ਜਦੋਂ ਉਹਨਾਂ ਦਾ ਪਹਿਲਾ ਫੇਰਾ ਸੀਗਾ ਉੱਥੇ ਰਾਤ ਰੁਕਣ ਵਾਲਾ, ਅਤੇ ਪਹਿਲਾ ਸੀਗਾ 10 ਸਾਲਾਂ ਦੇ ਦੌਰਾਨ ਜੀ, ਕਿ ਗਡਕਰੀ ਸਾਹਿਬ ਨਹੀਂ ਗਏ ਜੀ। ਤਾਂ ਇਹ ਮਤਲਬ ਕਿ ਆਪਣੇ ਆਪ ਦੇ ਵਿੱਚ ਸਾਰੇ ਸਵਾਲਾਂ ਦਾ ਜਵਾਬ ਆ ਕਿ ਕਿਉਂ ਨਹੀਂ ਗਏ ਜੀ, ਕਿਉਂਕਿ ਗਡਕਰੀ ਸਾਹਿਬ ਜਿਹੜੇ ਹੈਗੇ ਆ ਉਹ ਯੋਗੀ ਨੂੰ ਪੂਰਾ ਫੁੱਲ ਵੈਲਕਮ ਕਰਦੇ ਆ, ਯੋਗੀ ਸਾਹਿਬ ਉਹਨਾਂ ਵਾਸਤੇ ਪ੍ਰਚਾਰ ਕਰਦੇ ਆ। ਗਡਕਰੀ ਸਾਹਿਬ ਨੇ ਪ੍ਰਧਾਨ ਮੰਤਰੀ ਦੀ ਕਦੇ ਉੱਥੇ ਰੈਲੀ ਰੱਖੀ ਹੋਈ ਨਹੀਂ ਹੈ ਸੁੱਖ ਨਾਲ, ਅਤੇ ਨਾ ਹੀ ਇਹ ਕਰਨ। ਸਾਫ਼ ਹੈ ਕਿ ਉਹ ਜਿਹੜੀਆਂ ਦੂਰੀਆਂ ਨੇ, ਜਿਹੜੀਆਂ ਸਿਆਸਤ ਦੀਆਂ ਦੂਰੀਆਂ ਨੇ, ਉਹ ਸਿਆਸਤ ਦੀਆਂ ਹੀ ਨਹੀਂ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਿੱਜੀ ਵੀ ਦੂਰੀਆਂ ਹੈਗੀਆਂ ਜੀ। ਸਾਫ਼ ਹੈ ਇਹ ਉੱਥੇ ਰੁਕੇ ਆ। ਹੁਣ ਦੇਖੋ ਉੱਥੋਂ ਦੇ ਜਿਹੜੇ ਰਿਪੋਰਟਰ ਆ, ਮੈਂ ਦੇਸ਼ ਪਾਂਡੇ ਨੂੰ ਸੁਣ ਰਿਹਾ ਸੀਗਾ, ਇੰਡੀਅਨ ਐਕਸਪ੍ਰੈਸ ਵਾਲੇ ਜਿਹੜੇ ਆ ਜੀ, ਰੰਜਨ ਸਾਹਿਬ ਨੂੰ ਸੁਣ ਰਿਹਾ ਸੀਗਾ, ਜਿਹੜੇ ਮਤਲਬ ਕਿ ਉੱਥੇ ਨਾਗਪੁਰ ਹੈੱਡਕੁਆਟਰ ਨੂੰ ਪੂਰਾ ਕਵਰ ਕਰਦੇ ਆ ਜੀ RSS ਵਾਲਿਆਂ ਨੂੰ। ਸਿੱਟਾ ਇਹੋ ਹੀ ਨਿਕਲਦਾ ਹੈ ਸੂਰ ਕਿ ਇੱਥੇ ਗਡਕਰੀ ਸਾਹਿਬ ਨਹੀਂ ਆਏ, ਇੱਕ ਗੱਲ ਤਾਂ ਸਪਸ਼ਟ ਆ, ਕਿਉਂ ਨਹੀਂ ਆਏ ਉਹ ਵੀ ਸਪਸ਼ਟ ਹੋ ਗਿਆ। ਇਹੋ ਹੀ ਕਿਹਾ ਜਾ ਰਿਹਾ ਕਿ ਅਸਲ ਦੇ ਵਿੱਚ ਨਿਤਿਨ ਗਡਕਰੀ ਨੂੰ ਇੱਕ ਤਾਕਤ ਹਰਾਉਣਾ ਚਾਹੁੰਦੀ ਆ ਨਾਗਪੁਰ 'ਚ, ਅਤੇ ਜਿਹੜਾ ਉੱਥੇ ਠਾਕਰੇ ਬਾਹੂ ਜਿਹਨੂੰ ਕਹਿੰਦੇ ਆ, ਜਿਹੜਾ ਇਸ ਵੇਲੇ ਟੱਕਰ ਦੇ ਰਿਹਾ, ਉਹ ਬਿਲਕੁਲ ਫਸਾ ਗਿਆ ਗੇਮ ਨੂੰ। ਉੱਥੇ ਕੀ ਆ ਕਿ ਇਹਨਾਂ ਦੇ ਵਿੱਚੋਂ ਹੀ ਇੱਕ ਧਿਰ ਜਿਹੜੀ ਉਹ ਚਾਹੁੰਦੀ ਹੈ ਕਿ ਨਿਤਿਨ ਗਡਕਰੀ ਨੂੰ ਸੀਪ ਲੱਗ ਜਾਵੇ, ਜਦਕਿ ਦੂਸਰੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਸ਼ਾਇਦ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਇੱਕ ਰੈਲੀ ਕਰ ਦਿੰਦੇ ਤਾਂ ਕੰਮ ਪੱਕਾ ਹੋ ਜਾਣਾ ਸੀ, ਪਰ ਮੈਨੂੰ ਲੱਗਦਾ ਉਹ ਵੀ ਚਾਹੁਣਗੇ ਕਿਤੇ ਨਾ ਕਿਤੇ ਇਹ ਜਿੱਤ ਜਾਵੇ ਜੀ, ਨਰਿੰਦਰ ਮੋਦੀ ਫਸ ਜਾਵੇ ਇਹ ਜਿੱਤ ਜਾਵੇ ਜੀ, ਇਹ ਵੀ ਹੋ ਸਕਦਾ। ਮਤਲਬ ਪਰ ਉਹ ਬੰਦੇ ਨੇ ਵਿਕਾਸ ਠਾਕਰੇ ਸ਼ਾਇਦ ਪੂਰਾ ਉਹਦਾ ਨਾਮ, ਬਾਹੂ ਕਹਿੰਦੇ ਆ ਵੈਸੇ ਉਹਨੂੰ ਜੀ, ਬਾਹੂ ਨੇ ਤਾਂ ਉੱਥੇ ਪੂਰੀ ਚੱਕ ਥੱਲ ਕੀਤੀ ਹੋਈ ਆ। ਅੱਛਾ ਜੀ, ਗੇਮ ਜਿਹੜੀ ਆ ਉਹ ਬਹੁਤ ਕਹਿ ਲਓ ਕਿ ਨੇੜੇ ਚਲੇ ਗਈ ਆ, ਨੇੜੇ ਚਲੇ ਗਈ ਆ ਜੀ। ਤਾਂ ਇਸ ਕਰਕੇ ਨਿਤਿਨ ਗਡਕਰੀ ਨੂੰ ਪੂਰਾ ਜ਼ੋਰ ਲਾਉਣਾ ਪੈ ਰਿਹਾ ਵਾ। ਅਤੇ ਹੁਣ ਉੱਥੋਂ ਦੀਆਂ ਚਰਚਾਵਾਂ ਇਹੋ ਨੇ ਕਿ ਪਹਿਲੇ ਫੇਜ਼ ਦਾ ਜਿਹੜਾ ਇਹ ਇਲੈਕਸ਼ਨ ਹੋਇਆ ਤਾਂ ਇਹਨੂੰ ਲੈ ਕੇ ਕਿਤੇ ਨਾ ਕਿਤੇ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਰਹੀ ਆ। RSS ਹੁਣ ਕੀ ਕਿਹਾ ਹੋਏਗਾ, RSS ਦੇ ਕਿਹੜੇ ਅਹੁਦੇ। ਅੱਛਾ, ਇੰਟਰਸਟਿੰਗ ਗੱਲ ਹੈ ਕਿ ਭਾਗਵਤ ਸਾਹਿਬ ਵੀ ਉੱਦਣ ਉੱਥੇ ਸੀਗੇ। ਅੱਛਾ ਜੀ, ਹਾਂਜੀ ਜੀ। ਤਾਂ ਇਹਨਾਂ ਦੀ ਆਪਸ 'ਚ ਮੀਟਿੰਗ ਹੋਈ ਆ ਕਿ ਨਹੀਂ ਹੋਈ ਇਹਦੇ ਬਾਰੇ ਕੋਈ ਪੁਸ਼ਟੀ ਤਾਂ ਨਹੀਂ ਮਿਲਦੀ, ਪਰ ਮੈਨੂੰ ਲੱਗਦਾ ਕਿ ਕੋਈ ਨਾ ਕੋਈ ਗੱਲ ਸਿਆਸੀ ਤਾਂ ਜ਼ਰੂਰ ਚੱਲੀ ਹੋਏਗੀ ਨਾ ਜੀ, ਚੱਲੀ ਹੋਏਗੀ ਗੱਲ। ਹੋ ਸਕਦਾ ਉਹਨਾਂ ਨੇ ਇਹਨਾਂ ਨੂੰ ਤਾਕੀਦ ਕੀਤੀ ਹੋਵੇ ਕਿ ਬਾਈ ਕੰਮ ਖਿੱਚੋ, ਕੰਮ ਗਿਆ ਜੇ ਤੁਹਾਡਾ ਜੀ। RSS ਦਾ ਵੀ ਬਹੁਤ ਵੱਡਾ ਨੈਟਵਰਕ ਹੈ ਨਾ ਜੀ। ਔਰ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹੂੰਗਾ, ਜਿਹੜੀ ਗੱਲ ਵੈਸੇ
ਮੈਨੂੰ ਲੱਗਦਾ ਕਿ ਹੈ ਹਾਸੇ ਠੱਠੇ ਦੀ ਵੀ ਹੈ। ਐਲਨ ਮਸਕ ਜਰਕ ਗਿਆ, ਕਹਿੰਦਾ ਮੈਂ ਨਹੀਂ ਆਉਣਾ। ਅੱਛਾ ਜੀ। ਐਲਨ ਮਸਕ ਜਿਹੜਾ ਉਹਦਾ ਸੰਭਾਵੀ ਦੌਰਾ ਸੀਗਾ, ਉਹ ਕਹਿੰਦਾ ਕਿ ਮੈਂ ਨਹੀਂ ਆ ਰਿਹਾ ਯਾਰ, ਮਾਫ਼ ਕਰਨਾ। ਹੁਣ ਤੁਸੀਂ ਦੇਖੋ ਇਸ ਚੀਜ਼ ਨੂੰ ਕੋਈ ਐ ਨਹੀਂ, ਆਪਾਂ ਮਜ਼ਾਕ 'ਚ ਹੀ ਲੈ ਲਈਏ ਜੀ ਕਿ ਐਲਨ ਮਸਕ ਨੇ ਇਹ ਕਰ ਦਿੱਤਾ ਉਹ ਕਰ ਦਿੱਤਾ। ਐਲਨ ਮਸਕ ਦਾ ਜਿਹੜਾ ਦੌਰਾ ਰੱਦ ਹੋਇਆ, ਇਸ ਨੂੰ ਇੱਦਾਂ ਵੀ ਮਾਹਰ ਕਹਿੰਦੇ ਨੇ ਕਿ ਜੋੜ ਕੇ ਤਾਂ ਵੇਖੋ ਕੀ ਸੰਕੇਤ ਮਿਲ ਰਿਹਾ ਤੁਹਾਨੂੰ, ਕੀ ਸੰਕੇਤ ਮਿਲ ਰਿਹਾ। ਇਹਨੂੰ ਥੋੜ੍ਹਾ ਜਿਹਾ ਡੀਕੋਡ ਕਰੋਗੇ ਕਿ ਬਈ ਉਹਨਾਂ ਕੋਲ ਡਾਟਾ ਹੁੰਦਾ ਹੈ ਜੀ, AI ਆ ਉਹਨਾਂ ਦੇ ਕੋਲ, ਉਹਨਾਂ ਦੇ ਕੋਲ ਬਹੁਤ ਟੂਲ ਨੇ, ਉਹਨਾਂ ਦੇ ਕੋਲ ਸਭ ਕੁਝ ਪਤਾ ਲੱਗਦਾ ਰਹਿੰਦਾ ਹੈ ਕਿ ਇੰਡੀਅਨ ਵੋਟਰਸ ਦੇ ਜ਼ਿਹਨ ਦੇ ਵਿੱਚ ਕੀ ਚੱਲ ਰਿਹਾ, ਮੋਦੀ ਸਾਹਿਬ ਦੀ ਕਿਸਮਤ ਜਿਹੜੀ ਹੈ ਉਹ ਕਿਸ ਦਿਸ਼ਾ ਵੱਲ ਚੱਲ ਰਹੀ ਹੈ ਜੀ ਜੀ ਜੀ, ਗ੍ਰਹਿ ਨਛੱਤਰ ਕਿਸ ਦਿਸ਼ਾ ਵੱਲ ਚੱਲ ਰਹੇ ਨੇ। ਤਾਂ ਉਹ ਐਲਨ ਮਸਕ ਦਾ ਜਿਹੜਾ ਕੈਂਸਲ ਹੋਇਆ ਦੌਰਾ, ਉਹਨੂੰ ਵੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿ ਕਿਤੇ ਨਾ ਕਿਤੇ ਅੰਦਰ ਖਤੀ ਬਈ ਚਿੰਤਾ ਤਾਂ ਹੈਗੀ ਆ ਜੀ, ਬਾਹਰੋਂ ਜੋ ਮਰਜ਼ੀ ਕਿਹਾ ਜੀ ਜੀ ਜੀ, ਉਤਲੇ ਮਨੋ ਤੈਨੂੰ ਕਹਿ ਛੱਡਦੇ ਪਰ ਦਿਲੋਂ ਭੁਲਾਇਆ ਨਹੀਂ, ਕਹਾਣੀ ਕਈ ਵਾਰ ਇਸ ਤਰ੍ਹਾਂ ਵੀ ਹੋ ਜਾਂਦੀ ਹੈ। ਬਾਕੀ ਤੁਹਾਨੂੰ ਪਤਾ ਹੀ ਆ, ਮੋਦੀ ਸਾਹਿਬ ਮਾਸਟਰ ਇਲੈਕਸ਼ਨ ਲੜਨ ਦੇ ਜੀ ਜੀ ਜੀ, ਹਾਲੇ ਵੀ ਕਹਿ ਲਓ ਕਿ ਇੰਨੀ ਸੰਗਠਿਤ ਓਪੋਜੀਸ਼ਨ ਨਹੀਂ ਹੈਗੀ ਉਹਨਾਂ ਦੇ ਸਾਹਮਣੇ। ਅਰੇ ਇਲੈਕਸ਼ਨ ਇਸ ਤਰ੍ਹਾਂ ਦਾ ਬਣ ਗਿਆ ਕਿ ਮੁੱਦਾ ਫਸ ਗਿਆ। ਹੁਣ ਜਿਵੇਂ ਰਿਜ਼ਰਵੇਸ਼ਨ 'ਤੇ ਸਫਾਈ ਦੇਣੀ ਪੈ ਰਹੀ ਆ, ਇੱਥੋਂ ਤੱਕ ਕਿ ਅਮਿਤ ਸ਼ਾਹ ਨੂੰ ਕਹਿਣਾ ਪੈ ਰਿਹਾ ਕਿ ਧਰਮ ਨਿਰਪੱਖ ਸ਼ਬਦ ਨਹੀਂ ਕੱਢਾਂਗੇ ਅਸੀਂ ਸੰਵਿਧਾਨ 'ਚੋਂ, ਮਤਲਬ ਕਿ ਸੰਵਿਧਾਨ ਨੂੰ ਨਹੀਂ ਬਦਲਾਂਗੇ। ਉਹ ਸਫਾਈਆਂ ਦੇਣੀਆਂ ਪੈ ਰਹੀਆਂ, ਉਹ ਗਰੰਟੀਆਂ ਦੇਣੀਆਂ ਪੈ ਰਹੀਆਂ, ਰਿਜ਼ਰਵੇਸ਼ਨ ਖਤਮ ਨਹੀਂ ਕਰਾਂਗੇ, ਉਹ ਗਰੰਟੀਆਂ ਦੇਣੀਆਂ ਪੈ ਰਹੀਆਂ, ਕਿਉਂਕਿ ਉਹ ਤਬਕੇ ਜਿਹੜੇ ਕਿ ਨਾਲ ਜੁੜੇ ਨੇ ਨਾ ਲਾਭਾਂ ਦੇ, ਉਹ ਕਿਤੇ ਨਾ ਕਿਤੇ ਬਈ ਥੋੜ੍ਹੀ ਜਿਹੀ ਅਸੁਰੱਖਿਅਤਾ ਮਹਿਸੂਸ ਕਰਦੇ ਆ ਨਾ ਕਿ ਇਹਨਾਂ ਦਾ ਕੋਈ ਪਤਾ ਨਹੀਂ ਹੈ ਚੱਕ ਦੇਣ ਕੰਮ ਨੂੰ। ਜੀ ਜੀ ਜੀ, ਇਸੇ ਨਾਲ ਹੀ ਜਿਹੜਾ ਇੱਕ ਕਮੈਂਟ ਹੈ ਇੰਦਰਜੀਤ ਜੀ ਦਾ ਜੀ, ਉਹ ਕਹਿੰਦੇ ਜੀ ਕਿ 3 ਟਰਮ ਤੋਂ 21 ਵਾਰ ਵੀ ਰੈਲੀ ਨਹੀਂ ਹੋਈ ਕਰਵਾਈ, ਕਹਿੰਦੇ ਕਿ ਗੜਕਲੀ ਸਾਹਿਬ ਨੇ, ਕਾਂਗਰਸ ਦੇ ਵਿਕਾਸ ਠਾਕਰੇ ਨੇ ਕਹਿੰਦੇ ਕਿ 40-60 ਦਾ ਕੰਮ ਚੱਲਦਾ ਜੀ, ਮੇਰੇ ਹੋਟਲ ਆ ਕਹਿੰਦੇ ਕਿ ਉੱਥੇ ਲੱਗ ਗਈ 40 ਕਿਲੋਮੀਟਰ ਪਹਿਲਾਂ ਨਾਗਪੁਰ ਤੋਂ ਕਹਿੰਦੇ। ਅੱਛਾ ਜੀ ਜੀ ਜੀ, ਬਾਹੋ ਹਾਂ ਨਹੀਂ ਉਹਨੇ ਚੰਗਾ ਕੰਮ ਖਿੱਚਿਆ ਜੀ, ਪੈਸੇ ਵਾਲਾ ਬੰਦਾ ਹੀ ਲੜੇਗਾ। ਇਹ ਹੁਣ 40-60 ਕੀ ਆ ਜੀ ਜੀ ਸਾਨੂੰ ਨਹੀਂ ਪਤਾ, ਪਰ ਜਿਵੇਂ ਉਹ ਲੜ ਰਿਹਾ ਤਾਂ ਉਹਨੇ ਕਿਤੇ ਨਾ ਕਿਤੇ ਬੁੱਲਾਂ 'ਤੇ ਸਿੱਕਰੀ 'ਤੇ ਲਿਆਉਂਦੀ ਹੈ ਨਾ, ਕਿਉਂਕਿ ਨਿਤਿਨ ਗੜ ਦੇਖੋ ਬਹੁਤ ਇਹ ਨਹੀਂ ਹੈ ਕਿ RSS ਬਿਲਕੁਲ ਨਰਿੰਦਰ ਮੋਦੀ ਦੇ ਉਲਟ, ਐਸਾ ਨਹੀਂ ਹੈ। ਇਹ ਮਿੱਥਾਂ ਹੁੰਦੀਆਂ ਨੇ ਜਿਹੜੀਆਂ ਜੱਚ ਜਾਂਦੀਆਂ ਨੇ ਕਈ ਵਾਰ। ਅਸਲ ਦੇ ਵਿੱਚ ਕੀ ਹੈ ਕਿ RSS ਦੀ ਬਹੁਤ ਵੱਡੀ ਲੌਬੀ ਜਿਹੜੀ ਆ ਉਹ ਨਰਿੰਦਰ ਮੋਦੀ ਨਾਲ ਖਲੋਤੀ ਹੈ, ਗੁਜਰਾਤ ਲੌਬੀ ਨਾਲ ਖਲੋਤੀ ਹੈ, ਪਰ ਇੱਕ ਧੜਾ ਤਾਂ ਹੈ ਨਿਤਿਨ ਗਡਕਰੀ ਦੇ ਨਾਲ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਨਿਤਿਨ ਗਡਕਰੀ ਨੂੰ ਜਿਤਾਉਣ ਵਾਸਤੇ RSS ਦੇ ਬਹੁਤ ਸਾਰੇ ਸੰਗਠਨ ਉੱਥੇ ਗਲੀਆਂ 'ਚ ਤੁਰੇ ਫਿਰ ਰਹੇ ਨੇ, ਕਿਉਂਕਿ ਸਮਝ ਆ ਰਹੀ ਹੈ ਨਾ ਕਿ ਇੱਕ ਹੋਰ ਹੈਗੀ ਹੈ ਪਾਰਟੀ ਜੀ ਜਿਹਨੂੰ ਵੋਟ ਕਟਵਾ ਕਿਹਾ ਜਾਂਦਾ, ਉਹ ਵੋਟ ਕੱਟਦੀ ਹੈ, ਪਰ ਕਿਹਦੇ ਵੋਟ ਕੱਟਦੀ ਹੈ? ਜੋ ਐਂਟੀ ਭਾਜਪਾ ਫੋਰਸਿਸ ਹੁੰਦੀਆਂ ਨੇ ਜੀ। ਕਮਾਲ ਦੀ ਗੱਲ ਇਹ ਹੈ ਕਿ ਇੱਥੇ ਉਹਨਾਂ ਨੇ ਆਪਣਾ ਕੈਂਡੀਡੇਟ ਨਹੀਂ ਦੇ ਰੱਖਿਆ। ਅੱਛਾ ਜੀ, ਨਾਗਪੁਰ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿ ਗੇਮ ਕਿਸ ਤਰ੍ਹਾਂ ਚੱਲਦੀ ਹੈ। ਤਾਂ ਇਹ ਗੱਲਾਂ ਜਿਹੜੀਆਂ ਸਪਸ਼ਟ ਕਰਦੀਆਂ ਨੇ ਕਿ ਕਾਫੀ ਕੁਛ ਹੈ ਜੀ, ਵੱਡੀਆਂ ਖਬਰਾਂ ਨੇ ਜੀ ਜੀ ਜੀ। ਤੇ ਇਧਰੋਂ ਮਿੰਟੂ ਜੀ, ਪੰਜਾਬ ਦੇ ਵਿੱਚ ਵੀ ਵੱਡੀ ਖਬਰ ਆਉਂਦੀ ਪਈ ਹੈ ਜੀ। ਚਲੋ KP ਸਾਹਿਬ ਤਾਂ ਸ਼ਾਮਿਲ ਹੋਏ ਨਾਲ ਦੀ ਨਾਲ, ਉਮੀਦਵਾਰ ਵੀ ਐਲਾਨ ਦਿੱਤਾ ਉਹਨਾਂ ਨੂੰ ਅਕਾਲੀ ਦਲ ਨੇ। ਇਧਰੋਂ ਵੱਡੀ ਖਬਰ ਇਹ ਹੈ ਮਿੰਟੂ ਜੀ, ਸਾਰੇ ਮੈਂ ਸੀਟ ਜਿਹੜਾ 2-3 ਸੀਟਾਂ 'ਤੇ ਅਨਾਊਂਸ ਕੀਤਾ, ਮੈਂ ਤੁਹਾਨੂੰ ਦੱਸ ਦੇਣਾ, ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਐਲਾਨ ਦਿੱਤਾ, ਜਲੰਧਰ ਤੋਂ KP ਸਾਹਿਬ ਆ ਗਏ ਜੀ, ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ, ਹੁਸ਼ਿਆਰਪੁਰ ਤੋਂ ਸੋਹਣ ਸਿੰਘ, ਫਿਰੋਜ਼ਪੁਰ ਤੋਂ ਨਰਦੇਵ ਸਿੰਘ ਢਿੱਲੋਂ, ਸ਼ਰਨਜੀਤ ਸਿੰਘ ਢਿੱਲੋਂ, ਰਣਜੀਤ ਸਿੰਘ ਢਿੱਲੋਂ ਆ ਜੀ ਜੋ ਲਿਖਿਆ ਹੋਇਆ ਮੈਂ ਤੁਹਾਨੂੰ। ਹਾਂਜੀ, ਸ਼ਰਨਜੀਤ ਸਿੰਘ ਨਹੀਂ ਸੀ ਉੱਥੇ, ਤਾਂ ਸ਼ਰਨਜੀਤ ਸਿੰਘ ਢਿੱਲੋਂ ਆਪਾਂ ਸੁਣਦੇ ਹੁੰਦੇ ਸੀ, ਉੱਥੇ ਮੰਤਰੀ ਵੀ ਰਹੇ ਨੇ, ਐਕਟਿਵ ਵੀ ਰਹੇ ਨੇ। ਚਲੋ ਕੋਈ ਗੱਲ ਨਹੀਂ, ਤੁਸੀਂ ਅਨਾਊਂਸ ਕਰ ਦਿਓ ਜੀ ਜੀ। ਫਿਰੋਜ਼ਪੁਰ ਤੋਂ ਨਰਦੇਵ ਸਿੰਘ ਮਾਨ, ਚੰਡੀਗੜ੍ਹ ਤੋਂ ਆ ਗਏ ਜੀ ਹਰਦੇਵ ਸੈਣੀ ਨੂੰ ਮਿੰਟੂ ਜੀ ਦਾ ਰਿਹਾ।
ਅੱਛਾ ਇੱਥੋਂ ਪਟਾਕਾ ਪਾਤਾ ਸੁਖਬੀਰ ਸਿੰਘ ਬਾਦਲ ਉੱਥੇ ਜਲੰਧਰ ਗਏ ਮੈਨੂੰ ਲੱਗਦਾ ਜਾਣਦੇ ਸਾਰੀ ਉਹਨਾਂ ਨੇ ਨਾਲ ਦੀ ਨਹੀਂ ਉਹਨਾਂ ਨੇ ਕੇਪੀ ਨੂੰ ਪਹਿਲਾਂ ਹੀ ਕਹਿ ਦਿੱਤਾ ਹੋਣਾ ਕਿ ਸਭ ਤੁਸੀਂ ਤਿਆਰ ਹੋ ਟਿਕਟ ਤਾਂ ਤੁਹਾਨੂੰ ਪਹਿਲਾਂ ਹੀ ਦੇ ਦਿੱਤੀ ਉਹ ਤਾਂ ਭੱਲਾ ਜਿਵੇਂ ਕਹਿੰਦੇ ਜਿੱਤ ਸਾਡੀ ਹੋ ਚੁੱਕੀ ਲਾਨ ਬਾਕੀ ਆ ਉਹ ਤਾਂ ਬਸ ਇਹੀ ਸੀਗਾ ਉਹਨਾਂ ਨੇ ਕਿਹਾ ਹੋਏਗਾ ਕਿ ਕੇਪੀ ਸਾਹਿਬ ਟਿਕਟ ਤਾਂ ਤੁਸੀਂ ਪਹਿਲਾਂ ਚੱਕੋ ਨਾ ਹੋਰ ਆਉਂਦੇ ਹੁੰਦੇ ਆ ਨਾ ਕਿ ਪਾਲੇ ਦੋ ਅੱਖਾਂ ਹੋਰ ਕੇਪੀ ਸਾਹਿਬ ਨੂੰ ਕੀ ਚਾਹੀਦਾ ਮੈਨੂੰ ਦੱਸੋ ਜੀ ਉਹ ਜਿਵੇਂ ਕਹਿ ਲਈਏ ਨਾ ਕਿ ਆਪਾਂ ਬਈ ਵਾਰ ਵਾਰ ਆਪਾਂ ਕਹਿੰਦੇ ਨਾ ਮੇਰੀ ਯਾਰ ਤਲੀ 'ਚ ਖੁਰਕ ਹੁੰਦੀ ਹੈ ਕੀ ਹੋਊਗਾ